ਜੰਤਰ ਮੰਤਰ ਤੇ ਲੱਗਿਆ ਹੋਇਆ ਪਹਿਲਵਾਨਾਂ ਦਾ ਧਰਨਾ ਜਿਹੜਾ ਹੈ ਉਹ ਹਾਲੇ ਵੀ ਜਾਰੀ ਹੈ ਔਰ ਇਸ ਧਰਨੇ ਦੇ ਵਿੱਚ ਕੱਲ ਪਹਿਲਵਾਨਾਂ ਵੱਲੋਂ ਬਲੈਕ ਡੇ ਮਨਾਇਆ ਗਿਆ ਥੰਦਾ ਅਸਦੇ ਕਿ ਬਲੈਕ ਪੱਟੀਆਂ ਬਨ ਕੇ ਪਹਿਲਵਾਨ ਬੈਠੇ ਸੀ ਔਰ ਪਹਿਲਵਾਨਾਂ ਦਾ ਇਹ ਧਰਨਾ ਜਿਹੜਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਔਰ ਪਹਿਲਵਾਨਾਂ ਦਾ ਇਹ ਧਰਨਾ ਕਦ ਤੱਕ ਚੱਲੇਗਾ ਪਹਿਲਵਾਨਾਂ ਦੀਆਂ ਕੀ ਡਿਮਾਂਡਸ ਨੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਸੀਂ ਸੁਨਵਾਈ ਕਰ ਦਿਤੀ ਹੈ ਜੋ ਉਹਨਾਂ ਦੀ ਡਿਮਾਂਡ ਸੀ ਅਸੀਂ ਪੂਰੀ ਕਰ ਦਿਤੀ ਹੈ ਔਰ ਫੈਡਰੇਸ਼ਨ ਦੀ ਗੱਲ ਕਰੀਏ ਜੇਕਰ ਅਸੀਂ ਖੇਲ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਟੀਮ ਦਾ ਗਠਨ ਕੀਤਾ ਗਿਆ ਸੀ ਟੀਮ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਦਿੱਲੀ ਪੁਲਿਸ ਦਾ ਕਹਿਣਾ ਹੈ ਐਫ ਆਈ ਆਰ ਦਰਜ ਬ੍ਰਿਜ ਭੂਸ਼ਣ ਸ਼ਰਮ ਸਿੰਘ ਦੇ ਉੱਤੇ ਹੋ ਚੁੱਕੀ ਹੈ ਔਰ ਕੋਈ ਸਬੂਤ ਸਾਹਮਣੇ ਨਹੀਂ ਆਇਆ ਉਹਦੇ ਖਿਲਾਫ ਰਿਪੋਰਟ ਜਿਹੜੀ ਪੇਸ਼ ਕੀਤੀ ਗਈ ਹੈ ਇੱਕ ਟੀਮ ਬਣਾਈ ਗਈ ਸੀ ਟੀਮ ਨੇ ਜੋ ਰਿਪੋਰਟ ਪੇਸ਼ ਕੀਤੀ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਪਹਿਲਵਾਨ ਚੰਗੀ ਤਰ੍ਹਾਂ ਆਪਣਾ ਪੱਖ ਰੱਖਣ ਦੇ ਵਿੱਚ ਕਾਮਯਾਬ ਨਹੀਂ ਸਿੱਧ ਹੋ ਰਹੇ ਔਰ ਕੁਝ ਤਰੂਟੀਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰਿਪੋਰਟ ਦੇ ਵਿੱਚ ਲਿਖੀਆਂ ਗਈਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੈ ਕਿ ਜੋ ਜੋ ਡਿਮਾਂਡਸ ਸੀ ਉਹਨਾਂ ਦੀਆਂ ਉਹ ਡਿਮਾਂਡਸ ਮੰਨੀਆਂ ਗਈਆਂ ਨੇ ਮੈਂ ਸਭ ਕੁਝ ਪ੍ਰਵਾਨਗੀ ਦੇ ਦਿੱਤੀ ਹੈ ਜੋ ਪਹਿਲਵਾਨ ਚਾਰ ਐਸੀ ਸਿਕਿਉਰਿਟੀ ਵੱਲੋਂ ਐਫ ਆਈ ਆਰ ਦਰਜ ਕਰਾਉਣ ਵੱਲੋਂ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਗਈਆਂ ਨੇ ਪਰ ਹੁਣ ਪਹਿਲਵਾਨਾਂ ਦੀ ਕੀ ਡਿਮਾਂਡ ਹੈ ਤੁਹਾਨੂੰ ਦੱਸਦੇ ਕਿ ਪਹਿਲਵਾਨ ਚਾਹੁੰਦੇ ਨੇ ਕਿ ਸ਼ਰਨ ਸਿੰਘ ਸਲਾਖਾਂ ਦੇ ਪਿੱਛੇ ਹੋਵੇ ਅਸੀਂ ਉਹਨੂੰ ਸਲਾਖਾਂ ਦੇ ਪਿੱਛੇ ਵੇਖਣਾ ਚਾਹੁੰਦੇ ਹਾਂ ਫੈਡਰੇਸ਼ਨ ਦਾ ਮੁਖੀ ਕੋਈ ਵੀ ਬਣੇ ਕੋਈ ਵੀ ਇਲੈਕਸ਼ਨ ਦੇ ਦੌਰਾਨ ਜਿੱਤੇ ਸਾਨੂੰ ਉਸ ਨਾਲ ਕੋਈ ਵਾਅਦਾ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸ਼ਰਨ ਸਿੰਘ ਜਿਹੜਾ ਹੈ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਵੇ ਇਹ ਡਿਮਾਂਡ ਹੈ ਹੁਣ ਰੈਸਲਰਜ਼ ਦੀ ਤਾਂ ਦਾ ਜੇ ਕਿ ਜੋ ਤਫ਼ਤੀਸ਼ ਹੋ ਕੀਤੀ ਜਾ ਰਹੀ ਹੈ ਇਸ ਕਮੇਟੀ ਵੱਲੋਂ ਵੀ ਜਾਂਚ ਕੀਤੀ ਗਈ ਸੀ ਜਿਸ ਵਿੱਚ ਕਮੀ ਰਹੀ ਸਬੂਤਾਂ ਦੀ ਜਾਂ ਫਿਰ ਜੋ ਪਹਿਲਵਾਨ ਸੀ ਕਿਹਾ ਜਾ ਰਿਹਾ ਕਿ ਉਹ ਆਪਣਾ ਪੱਖ ਰੱਖਣ ਦੇ ਵਿੱਚ ਸਹੀ ਸਾਬਤ ਨਹੀਂ ਹੋਏ ਔਰ ਪਿਛਲੇ ਕੁਝ ਦਿਨਾ ਤੋਂ ਇਹ ਵੀ ਵੇਖਿਆ ਜਾ ਰਿਹਾ ਕਿ ਕਿਸਾਨ ਲਗਾਤਾਰ ਇਸ ਅੰਦੋਲਨ ਦੇ ਵਿੱਚ ਜੁੜ ਰਹੇ ਨੇ ਰਕੇਸ਼ ਟਕਹਤ ਆਏ ਸੀ ਔਰ ਉਹਨਾਂ ਦੇ ਨਾਲ ਕਈ ਕਿਸਾਨ ਸੀ ਇਹ ਵੀ ਵੇਖਣਾ ਹੋਵੇਗਾ ਕਿ ਕੀ ਕਿਤੇ ਇਹ ਕਿਸਾਨੀ ਅੰਦੋਲਨ ਵਾਲਾ ਜਿਹੜਾ ਵੱਡਾ ਅੰਦੋਲਨ ਚੱਲਿਆ ਸੀ ਕਿਸਾਨਾਂ ਦਾ ਉਸ ਤਰ੍ਹਾਂ ਦਾ ਮੋਰਚਾ ਤੇ ਨਹੀਂ ਲੱਗ ਰਿਹਾ ਤੋਂ ਅੰਦਾਜ਼ਾ ਦਈਏ ਕਿ ਅਗਰ ਸਾਰੀਆਂ ਮੰਗਾਂ ਮੰਨੀਆਂ ਗਈਆਂ ਨੇ ਔਰ ਫਿਰ ਵੀ ਇਹ ਧਰਨਾ ਚੱ ਰਹੀ ਹੈ ਤਾਂ ਇਸ ਤਰਨੇ ਦੀ ਖਾਸ ਵਜ੍ਹਾ ਕੀ ਹੈ ਹਰ ਸ਼ਖਸ ਇਹ ਚਾਹੁੰਦਾ ਹੈ ਕਿ ਰੈਸਲਰਜ਼ ਦੇ ਨਾਲ ਖਾਸ ਕਰਕੇ ਜਿਹੜੀਆਂ ਦੇਸ਼ ਦੀਆਂ ਬੇਟੀਆਂ ਨੇ ਉਹਨਾਂ ਦੇ ਨਾਲ ਜੋ ਗਲਤ ਹੋਇਆ ਉਹਦੇ ਉੱਤੇ ਉਹਨਾਂ ਨੂੰ ਇਨਸਾਫ ਮਿਲੇ ਔਰ ਉਸ ਦੋਸ਼ੀ ਨੂੰ ਸਜ਼ਾ ਮਿਲੇ ਤਫ਼ਤੀਸ਼ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਔਰ ਜੇਕਰ ਜਾਂਚ ਦੇ ਵਿੱਚ ਕੁਝ ਵੀ ਨਿਕਲ ਕੇ ਨਹੀਂ ਸਾਹਮਣੇ ਆਉਂਦਾ ਤਾਂ ਇਹ ਧਰਨਾ ਵੀ ਫੇਰ ਉੱਠਣਾ ਚਾਹੀਦਾ ਹੈ ਇਹ ਵੀ ਵੇਖਣਾ ਹੋਏਗਾ ਕਿ ਕੌਣ ਲੋਗ ਨੇ ਜੋ ਇਸ ਅੰਦੋਲਨ ਨੂੰ ਆਪਣਾ ਫੋਕਾ ਸਮਰਥਨ ਦੇ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਨੇ ਪਹਿਲਵਾਨਾਂ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਿੰਨ ਖਬਰਾਂ ਦੇ ਲਈ ਤੁਸੀਂ ਜੁੜੇ ਹੋਇਆ ਛਸਨ ਨਿਊਜ਼ ਦੇ ਨਾਲ ਤੇ ਹੁਣੇ ਸਬਸਕ੍ਰਾਈਬ ਕਰੋ ਸਾਡਾ ਫੇਸਬੁੱਕ YouTube ਤੇ ਇਨਸਟਾ ਪੇਜ